ਯਾਰ ਦੋਸਤੋ ਆ ਵੇਖੋ ਹੋ ਗਿਆ ਜੀ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਆ? ਉਮੀਦ ਕਰਾਂ ਤੁਸੀਂ ਸਾਰੇ ਖੈਰ ਖੈਰੀਅਤ ਨਾਲ ਹੁੰਦੇ ਆ। ਜੈਸਾ ਕਿ ਤੁਸੀਂ ਮੌਸਮ ਦੇਖ ਰਹੇ ਹੋ, ਸਾਡਾ ਰੋਜ਼ਾ ਵਾ, ਕਿਸ ਕਿਸੇ ਦਾ ਰੋਜ਼ਾ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣਾ। ਅਤੇ ਯਾਰ ਰੋਜ਼ੇ ਦੇ ਵਿੱਚ ਇੱਥੇ ਅਸੀਂ ਵੀਡੀਓ ਬਣਾਉਣ ਆਏ ਹੋਏ ਹਾਂ, ਅਤੇ ਯਾਰ ਪਿੱਛੇ ਚਕੰਡੇ ਲੱਗੇ ਹੋਏ, ਬਹੁਤ ਜ਼ਿਆਦਾ ਮਜ਼ੇ ਦੇ। ਆਓ ਮੇਰੇ ਨਾਲ ਨਾਲ, ਤੁਹਾਨੂੰ ਮੈਂ ਹੋਰ ਵੀ ਥੋੜ੍ਹਾ ਵਿਜ਼ਿਟ ਕਰਵਾਉਣਾ ਕਿ ਕਿਸ ਤਰ੍ਹਾਂ ਦਾ ਏਰੀਆ ਵਾ। ਅਤੇ ਯਾਰ ਗਰਮੀ ਕਾਫੀ ਜ਼ਿਆਦਾ, ਕਿਸੇ ਕਿਤੇ ਗਰਮੀ ਮੈਨੂੰ ਅੱਜ ਕਮੈਂਟ 'ਚ ਦੱਸਣਾ ਕਿੱਥੇ ਧੁੱਪ ਨਿਕਲੀ ਹੋਈ ਆ। ਹਾਂਜੀ ਕੁਛ ਨਹੀਂ ਦੋਸਤੋ, ਸਾਹਮਣੇ ਬੱਕਰੀਆਂ ਜਾ ਰਹੀਆਂ ਜੈਸਾ ਤੁਸੀਂ ਵੇਖ ਰਹੇ ਹੋ। ਅਤੇ ਵੇਖੋ ਕਿਤਨਾ ਪਿਆਰੀਆਂ ਬੱਕਰੀਆਂ ਯਾਰ, ਉਹ ਹੁਣ ਜ਼ਰਾ ਚੈੱਕ ਕਰੋ। ਅਤੇ ਉਹ ਸਾਹਮਣੇ ਬਾਦਲ ਆ, ਅਤੇ ਸਾਹਮਣੇ ਵੈਸੇ ਪਹਾੜ ਸਾਫ਼ ਨਜ਼ਰ ਆ ਰਹੇ ਜਿੱਥੇ ਅਸੀਂ ਉਸ ਦਿਨ ਗਏ ਸੀਗੇ, ਲੇਕਿਨ ਹੁਣ ਸਾਹਮਣੇ ਸਫੈਦੇ ਆ ਰਹੇ, ਇਸ ਕਰਕੇ ਪਹਾੜ ਨਜ਼ਰ ਨਹੀਂ ਆ ਰਹੇ। ਅਸੀਂ ਥੋੜ੍ਹਾ ਸਾਈਡ 'ਤੇ ਜਾਵਾਂਗੇ, ਫਿਰ ਤੁਹਾਨੂੰ ਦਿਖਾਵਾਂਗੇ ਕਿ ਸਾਹਮਣੇ ਪਹਾੜ ਆ। ਆਓ ਸਾਡੇ ਨਾਲ ਨਾਲ, ਅਤੇ ਅਸੀਂ ਜਾ ਰਹੇ ਹਾਂ ਸੜਕ ਦੇ ਉੱਤੇ, ਪਹਾੜ ਵੇਖਣੀ ਮਾਮਾ। ਹਾਂ ਦੋਸਤੋ, ਅਤੇ ਤੁਸੀਂ ਮੇਰੇ ਨਾਲ ਨਾਲ ਰਿਹਾ ਕਰੋ, ਚੈਨਲ ਸਬਸਕ੍ਰਾਈਬ ਕਰਿਆ ਕਰੋ, ਔਰ ਘੰਟੀ ਦੇ ਥੱਲੇ ਨਿਸ਼ਾਨ ਹੁੰਦਾ ਆਈਕਨ ਦਾ, ਉਸ ਨੂੰ ਤੁਸੀਂ ਲਾਜ਼ਮੀ ਕਲਿੱਕ ਕਰਿਆ ਕਰੋ, ਕਿਉਂਕਿ ਜਿਹੜੀ ਸਾਡੀ ਨਵੀਂ ਵੀਡੀਓ ਆਵਾਜ਼ ਤੁਹਾਨੂੰ ਦੁਬਾਰਾ ਤੋਂ ਮਿਲ ਸਕੇ, ਕਿਉਂਕਿ ਅਸੀਂ ਇੰਨੀ ਜ਼ਿਆਦਾ ਮਿਹਨਤ ਕਰਦੇ। ਦੋਸਤੋ ਵੇਖੋ, ਘੋੜਾ ਜਾ ਰਿਹਾ ਹੈ ਆਪਣੀ ਸਪੀਡ ਦੇ ਵਿੱਚ। ਦੋਸਤੋ ਇਹ ਉਹ ਜ਼ੂਮ ਕਰ ਰਿਹਾ ਮੈਂ, ਉਹ ਸਾਹਮਣੇ ਪਹਾੜੀ ਉਹਦੇ ਨਾਲ ਨਜ਼ਰ ਆ ਰਹੀ। ਦੇਖੋ ਕਿਤਨੀ ਪਿਆਰੀ ਖੂਬਸੂਰਤ ਪਹਾੜੀ, ਕਿਉਂਕਿ ਅੱਜ ਬਾਦਲ ਜਿਹੜੇ ਹਟ ਚੁੱਕੇ ਨੇ, ਅਤੇ ਪਹਾੜੀ ਸਾਹਮਣੇ ਨਜ਼ਰ ਆਉਂਦੀ ਪਈ ਆ, ਕਿਉਂਕਿ ਹਰ ਟਾਈਮ ਬਾਦਲ ਵੈਸੇ ਵੀ ਪਹਾੜੀ ਦੇ ਉੱਤੇ ਰਹਿੰਦੇ ਜਿਹੜੇ ਉੱਤੇ ਉੱਤੇ ਆ, ਕਿਉਂਕਿ ਪਹਾੜੀ ਦੀ ਵਜ੍ਹਾ 'ਚ ਇੱਥੇ ਬਾਰਿਸ਼ ਆਉਂਦੀ ਹੈ, ਅਤੇ ਬਹੁਤ ਹੀ ਪਿਆਰਾ ਵਿਊ ਆ ਰਿਹਾ। ਜੈਸਾ ਤੁਸੀਂ ਵੇਖ ਰਹੇ ਹੋ, ਤੁਹਾਨੂੰ ਅੱਛਾ ਲੱਗ ਰਿਹਾ ਕਮੈਂਟ 'ਚ ਲਾਜ਼ਮੀ ਦੱਸਣਾ ਕਿ ਕੈਸਾ। ਅੱਛਾ ਯਾਰ, ਇਸ ਤਰ੍ਹਾਂ ਸੀਗਾ ਕਿ ਨਾ ਬੈਕ ਕੈਮਰੇ 'ਤੇ ਵੀਡੀਓ ਬਣਾ ਬਣਾ ਕੇ ਕਾਫੀ ਨਾ ਬੋਰ ਹੋ ਗਏ ਸੀ, ਮੈਂ ਕਿਹਾ ਚਲੋ ਥੋੜ੍ਹਾ ਜਿਹਾ ਨਾ ਫਰੰਟ ਕੈਮਰੇ 'ਤੇ ਆਓ, ਸਕਰੀਨ 'ਤੇ ਥੋੜ੍ਹਾ ਜਿਹਾ ਆਓ। ਮੈਨੂੰ ਜ਼ਰਾ ਕਾਲ ਆ ਗਈ, ਮੈਂ ਤੁਹਾਡਾ ਕਾਲ ਚੈੱਕ ਕਰ ਲਈ ਕਿ ਯਾਰ ਜੈਸ ਆ ਰਿਹਾ। ਅਤੇ ਬਾਕੀ ਜਿਹੜਾ ਨਾ ਅਸੀਂ ਰੋਜ਼ਾ ਸੀਗਾ, ਗਰਮੀ ਸੀ ਕਾਫੀ ਜ਼ਿਆਦਾ ਨਾ, ਧੁੱਪ ਨਿਕਲੀ ਹੋਈ ਆ, ਅੱਗੇ ਤਾਂ ਬਾਰਿਸ਼ਾਂ ਕੱਲ੍ਹ ਹੋ ਰਹੀ ਸੀਗੀ, ਕੱਲ੍ਹ ਦੇ ਤੁਸੀਂ ਸਾਡੀ ਵੀਡੀਓ ਦੇਖੀ ਹੋਣੀ, ਕਾਫੀ ਬਾਰਿਸ਼ ਹੋ ਰਹੀ ਸੀ। ਅੱਜ ਬਾਰਿਸ਼ ਨਹੀਂ ਹੈ, ਅੱਜ ਮੌਸਮ ਫੁੱਲ ਸਾਫ਼ ਆ, ਗਰਮੀ ਹੈ, ਪਿਆਸ ਮਹਿਸੂਸ ਹੋ ਰਹੀ ਆ। ਹੁਣ ਅਸੀਂ ਤਕਰੀਬਨ 3 ਕਿਲੋਮੀਟਰ ਦਾ ਸਫ਼ਰ ਤੋਰੀਏ ਜਾਣਾ, ਵਾਪਸ ਵੀ ਸੋਚ ਰਹੇ ਹਾਂ ਕਿ 112 ਨੂੰ ਕਾਲ ਕਰ ਲਈਏ, ਇਹ ਮੌਲਵੀ ਸਾਹਿਬ ਨੂੰ ਥੋੜ੍ਹਾ ਜਿਹਾ ਬੇਹੋਸ਼ ਕਰੀਏ ਤਾਂ ਕਿ ਉਹ ਆਉਣ, ਚੁੱਕ ਕੇ ਲੈ ਜਾਣ। ਐਵੇਂ ਰਾਹ 'ਚ ਨਾ ਬੇਹੋਸ਼ ਹੋ ਕੇ ਡਿੱਗੇ ਪਏ ਹੋਈਏ, ਉਹਨੂੰ ਘਰਦਿਆਂ ਨੂੰ ਤਾਂ ਨਹੀਂ ਨਾ ਪਤਾ ਅਸੀਂ ਕਿੱਥੇ ਨਿਕਲੇ ਹੋਏ ਹਾਂ, ਖਾਸ ਕਰ ਇਹਦੇ ਘਰਦਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਹੈਗਾ ਕਿ ਕਿੱਥੇ ਆਇਆ ਹੋਇਆ। ਪਤਾ ਪਤਾ ਹਾਂ ਨਹੀਂ ਹੈ, ਅੱਛਾ ਬੱਚਾ ਘਰ ਦੱਸ ਕੇ ਆਉਂਦਾ ਸੀ ਘਰੋਂ ਜਾ ਰਿਹਾ ਬਾਹਰ, ਕਿ ਪੜ੍ਹਿਆ ਲਿਖਿਆ ਬੱਚਾ ਨਾ ਸੁਲਝਿਆ ਹੋਇਆ ਵਾ। ਅਤੇ ਬਾਕੀ ਜਿਹੜਾ ਨਾ ਖਸੂਸੀ ਹਰ ਇਫਤਾਰੀ 'ਤੇ ਤੁਸੀਂ ਦੁਆ ਕਰਨੀ ਹੈ ਇਸ ਬੱਚੇ ਦੀ, ਅੱਲਾ ਜਿਹੜੀ ਨਾ ਉਹ ਇਹਦੀ ਜਿਹੜੀ ਹੈ ਮਤਲਬ ਕਿ ਦਿਲੀ ਤਮੰਨਾ ਜਿਹੜੀ ਨਾ ਉਹ ਪੂਰੀ ਕਰ ਦੇਵੇ, ਕਿਉਂਕਿ ਬਾਕੀ ਮੈਂ ਗੱਲ ਨਹੀਂ ਕਰਦਾ, ਚਲੋ ਘਰ ਦੀ ਗੱਲ ਆ, ਸਮਝਿਆ ਕਰੋ ਫਿਰ ਤੁਸੀਂ। ਕੁਛ ਤੁਸੀਂ ਵੀ ਕੁਛ ਬੋਲ ਦਿਓ, ਮੈਂ ਗੱਲ ਹੀ ਮੇਰੇ ਬੋਲਦਾ ਯਾਰ, ਕੈਸੇ ਬੰਦੇ ਆ ਕਸਮੇ ਕੋ ਦਾਦੀ, ਮਤਲਬ ਕੀ ਕਹਿੰਦਾ ਬੋਲ ਲਓ ਕੁਛ। ਅੱਛਾ ਚਲੋ ਯਾਰ, ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਮੌਲਵੀ ਸਾਹਿਬ ਆਏ ਆ, ਅਤੇ ਇਹਨਾਂ ਨੇ ਤਰਵੀਆਂ ਪੜ੍ਹਾਉਂਦੇ ਇੱਥੇ ਦਾ ਮਦਰੀਸਾ ਨਾਲ ਹੀ, ਅਤੇ ਯਾਰ ਕਿਸੇ ਨੂੰ ਬੱਚਾ ਦਾਖਲ ਕਰਵਾਉਣਾ ਹੋਵੇ, ਬਲਕਿ ਬੱਚਾ ਬਰਬਾਦ ਕਰਵਾਉਣਾ ਹੋਵੇ ਤਾਂ ਇੱਥੇ ਛੱਡ ਜਾਓ, ਅਤੇ ਕੀ ਕਹਿੰਦੇ ਇਹ ਤੁਸੀਂ ਦੇਖ ਸਕਦੇ ਆ, ਹਾਫਜ਼ ਹੈ, ਬਿਲਕੁਲ ਠੀਕ ਹੈ। ਅਗਰ ਤੁਹਾਨੂੰ ਕੋਈ ਸ਼ੱਕ ਆ, ਕੋਈ ਸ਼ੋਭਾ, ਤੁਸੀਂ ਅਗਲੇ ਕਮੈਂਟ 'ਚ ਸਾਨੂੰ ਦੱਸਣਾ, ਅਸੀਂ ਤੁਹਾਡਾ ਉਹ ਵੀ ਦੂਰ ਕਰ ਦਾਂਗੇ। ਮਤਲਬ ਤੁਹਾਨੂੰ ਥੋੜ੍ਹੀ ਜਿਹੀ ਇਹਦੇ ਕੋਲੋਂ ਕਿਸੇ ਚੀਜ਼ ਦਾ ਤਰਜਮਾ ਲੈਣਾ ਵਾ ਜਾਂ ਕੋਈ ਚੀਜ਼ ਵੀ ਤੁਸੀਂ ਸੁਣਨਾ ਚਾਹੁੰਦੇ ਆ, ਡਿਸਕ੍ਰਿਪਸ਼ਨ 'ਚ ਨੰਬਰ ਦੇ ਦਾਂਗੇ ਅਸੀਂ। ਹਾਂ, ਤੁਸੀਂ ਇਹਨਾਂ ਰਾਬਤਾ ਕਰ ਸਕਦੇ ਆ, ਬਿਲਾ ਝਿਜਕ ਕੋਈ ਮਸਲਾ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ, ਨਾਲ ਨਾਲ ਹਕੀਮ ਵੀ ਹੈ। ਹਾਂ, ਨੀਮ ਹਕੀਮ ਖਤਰੇ ਜਾਨ, ਉਹ ਹਿਸਾਬ ਹੈ। ਉਹ ਜਿਵੇਂ ਇੱਕ ਨਿਊਜ਼ 'ਚ ਸੀਗਾ ਕਿ ਇੱਕ ਹਕੀਮ ਨੇ ਕੁਸ਼ਤਾ ਤਿਆਰ ਕੀਤਾ,
ਉਹਨੇ ਤੇ ਬੇਗਮ ਨੇ ਖਾ ਲਿਆ, ਉਹ ਦੋਨੇ ਹੀ ਮਾਰੀ ਗਏ। ਉਹ ਹਿਸਾਬ ਕਿਤੇ ਇੱਥੇ ਨਾ ਆਇਆ ਖਲੋਤਾ ਹੋਵੇ ਤੇ ਬਾਕੀ ਅੱਲਾ ਕਿਤੇ। ਬਾਕੀ ਬਾਕੀ ਤੁਹਾਨੂੰ ਮੈਂ ਗੱਲ ਇੱਕ ਹੋਰ ਦੱਸਣੀ ਸੀ, ਆਪਾਂ ਦੇ ਕੌਨਫੀਡੈਂਸ ਬਿਲਕੁਲ ਹੀ ਕੋਈ ਨਹੀਂ ਸੀਗਾ ਤੇ ਵੇਖ ਲਓ ਤੇਰੇ ਅੰਦਰ ਪੈਸੇ ਨਹੀਂ ਹੈ ਹੋਣਗੇ ਫਿਰ ਦੇ ਦਾਂਗੇ। ਕੱਲ ਦੀ ਵੀਡੀਓ ਅਪਲੋਡ ਹੋਣੀ ਨਾ ਉਹਦੇ ਵਿੱਚ ਹਮਜ਼ੇ ਵਾਲ ਅਫਤਾਰੀ ਹੈ, ਠੀਕ ਹੈ ਤੁਰਨ ਲੱਗੇ ਆ ਅੱਗੇ। ਸਾਨੂੰ ਕੋਈ ਚੀਜ਼ ਮਿਲਦੀ ਤੁਹਾਨੂੰ ਵਿਖਾਵਾਂਗੇ। ਬਾਕੀ ਪੂਰੇ 6 ਮਿੰਟ ਹੋ ਗਏ ਆ, ਮੈਂ ਇਸੇ ਤਰ੍ਹਾਂ ਕੈਮਰਾ ਲੈ ਕੇ ਖਲੋਤਾ ਤੇ ਮੇਰੀ ਬਾਂਹ ਚ ਦਰਦ ਹੋਣ ਲੱਗ ਗਿਆ। ਅਸੀਂ ਹੁਣ ਤੁਰਦੇ ਆ, ਥੋੜਾ ਤੁਹਾਨੂੰ ਅੱਗੇ ਵਿਜ਼ਿਟ ਕਰਵਾਉਂਦੇ ਆ, ਅਲੱਗ ਕਿਤੇ ਕੁਛ ਮਿਲੂਗਾ ਤੁਹਾਨੂੰ, ਉਹ ਨਵੀਂ ਚੀਜ਼ ਚੈੱਕ ਕਰਵਾਉਂਦੇ ਆ। ਬਾਕੀ ਇਨਸ਼ਾਅੱਲਾ ਥੋੜਾ ਜਿਹਾ ਅੱਗੇ ਮਿਲਦੇ ਆ। ਤੁਸੀਂ ਵੇਖ ਸਕਦੇ ਪਹਿਲਾਂ ਬਹੁਤ ਵੱਡਾ ਲੱਗ ਰਿਹਾ ਸਾਡਾ ਤੇ ਇੱਕ ਮਿੰਟ ਨੱਕ ਇੱਕ ਅੱਗੇ ਕਰ। ਓਏ ਅੱਛਾ ਸਹੀ ਹੈ, ਸ਼ਕਲ ਦੇ ਬਾਰੇ ਕੋਈ ਗੱਲ ਨਹੀਂ ਕਰਨੀ ਹੈਗੀ। ਇਹ ਨਹੀਂ ਲੱਗ ਰਿਹਾ ਬੱਚਾ ਵੇ ਨਾ ਆ ਕੁਗਲੀ ਮੁਗਲੀ ਮਾਸ ਹੈ ਹੀ ਕੋਈ ਨਹੀਂ ਯਾਰ। ਖਰਾਬ ਹੋ ਚੁੱਕੀ ਬਾਰਿਸ਼ ਦੀ ਵਜ੍ਹਾ ਤੋਂ, ਜਿਵੇਂ ਤੁਸੀਂ ਵੇਖ ਰਹੇ ਹੋ ਤੇ ਹਾਂ ਕੁਛ ਕੁਛ ਅਸੀਂ ਕਰ ਰਹੇ ਹਾਂ ਤੇ ਕਿਉਂਕਿ ਤੁਰ ਕੇ ਜਾ ਰਹੇ ਹਾਂ ਨਾ ਸਮਝਿਆ ਕਰ। ਅੱਛਾ ਦੋਸਤੋ ਇਸ ਤਰ੍ਹਾਂ ਵਾ ਕਿ ਆਹ ਦੇਖ ਰਹੇ ਹਾਂ ਤੁਸੀਂ ਇਹਨੂੰ ਨਾ ਹੁਣ ਕਾਨੇ ਆ, ਠੀਕ ਹੈ ਇਹਨਾਂ ਨੂੰ ਅਸੀਂ ਕਾਨੇ ਕਹਿੰਦੇ ਆ। ਇਹ ਗੱਲ ਪੂਰੀ ਡਿਟੇਲ ਨਾਲ ਸੁਣ ਲਓ। ਹਾਂ ਇਹ ਕਾਨੇ ਆ ਸਹੀ ਹੈ, ਇਹ ਲਾ ਲਓ ਕਿ ਇੱਕ ਹਿਸਾਬ ਦਾ ਨਾ ਇਹਨੂੰ ਬਾਰਿਸ਼ਾਂ ਤੋਂ ਪਾਣੀ ਤੋਂ ਇਹਨੂੰ ਸੇਫ ਕਰਨ ਵਾਸਤੇ ਨਾ ਬਚਾਉਣ ਵਾਸਤੇ ਇਹਨੂੰ ਫਿਰ ਇਹ ਕਾਨਾਂ ਦੇ ਅੰਦਰ ਵਿੱਚ ਨਾ ਢੱਕ ਦਿੰਦੇ ਆ। ਤੁਸੀਂ ਦੇਖ ਰਹੇ ਹੋਵੋਗੇ ਕਿ ਇਹ ਚੈੱਕ ਕਰੋ ਆਹ ਕਿੱਲੇ ਲਾਏ ਹੋਏ ਆ ਇਹਨੂੰ ਬੰਨਣ ਵਾਸਤੇ ਨਾ, ਤਾਂ ਕਿ ਇਹ ਹਵਾ ਨਾ ਉੜੇ ਨਾ, ਕਿਉਂਕਿ ਜਿਸ ਟਾਈਮ ਸੀਜ਼ਨ ਹੁੰਦਾ ਨਾ ਕਣਕਾਂ ਦਾ ਉਸ ਟਾਈਮ ਫਿਰ ਘਰ 'ਚ ਜਗ੍ਹਾ ਨਹੀਂ ਲੱਭਦੀ ਹੈਗੀ ਕਿ ਯਾਰ ਅਸੀਂ ਇਹ ਤੂੜੀ ਨੂੰ ਕਿੱਥੇ ਸਟੋਰ ਕਰੀਏ। ਉਹ ਫਿਰ ਇਸ ਕਰਕੇ ਹੁਣ ਦੇਖ ਲਓ ਆਲੇ ਦੁਆਲੇ ਦੇ ਬਿਲਕੁਲ ਫਸਲ ਹੀ ਆ ਅਤੇ ਫਸਲ ਦੇ ਦਰਮਿਆਨ ਦੇ ਵਿੱਚ ਜਿੱਥੇ ਕੱਢੀ ਹੁੰਦੀ ਆ ਤੂੜੀ ਉਸ ਜਗ੍ਹਾ ਦੇ ਵਿੱਚ ਨਾ ਇਹਨੂੰ ਇਸ ਅੰਦਾਜ਼ ਨਾਲ ਸਟੋਰ ਕਰ ਲਈਦਾ ਆ, ਤਾਂ ਕਿ ਫਿਰ ਹੁਣ ਦੇਖ ਲਓ ਹੁਣ ਦੁਬਾਰਾ ਸੀਜ਼ਨ ਆਉਣ ਵਾਲਾ ਕਣਕਾਂ ਦਾ ਅਤੇ ਉੰਨੀ ਦੇਰ ਤੱਕ ਇਹ ਹਲੇ ਤੱਕ ਵੈਸੇ ਦੀ ਵੈਸੇ ਹੀ ਪਈ ਆ ਅਤੇ ਤੁਹਾਨੂੰ ਮੈਂ ਅੰਦਰੋਂ ਚੈੱਕ ਕਰਵਾਉਣਾ ਬਿਲਕੁਲ ਨਵੀਂ ਆ ਜਿਵੇਂ ਤੁਸੀਂ ਵਿਖਾ ਚੁੱਕੇ ਆਹ ਤੁਹਾਨੂੰ ਦਿਖਾ ਚੁੱਕੇ ਆ ਅੰਦਰੋਂ ਨਾ ਕਿ ਜਿਸ ਤਰ੍ਹਾਂ ਇਹ ਨਵੀਂ ਆ। ਆਹ ਉੱਪਰੋਂ ਤੁਹਾਨੂੰ ਗੰਦੀ ਗੰਦੀ ਲੱਗੂਗੀ ਲੇਕਿਨ ਆਹ ਤੁਸੀਂ ਅੰਦਰ ਚੈੱਕ ਕਰੋ ਇਹ ਨਿਕਲੀ ਨਾ ਕਲਰਫੁੱਲ ਕਲਰਫੁੱਲ ਤੂੜੀ ਅਤੇ ਇਹ ਇਹਦਾ ਸੀਨ ਹੁੰਦਾ ਇਸ ਕਰਕੇ ਇਹਨੂੰ ਇਸ ਤਰ੍ਹਾਂ ਗਿੱਲੀ ਹੋ ਚੁੱਕੀ ਹੈ ਬਾਰਿਸ਼ ਕਿਉਂਕਿ ਜਦੋਂ ਹਨੇਰੀਆਂ ਆਉਂਦੀਆਂ ਸਾਡੇ ਸਾਥ ਹਨੇਰੀਆਂ ਵੀ ਬਹੁਤ ਜ਼ਿਆਦਾ ਆਉਂਦੀਆਂ, ਜਦੋਂ ਹਨੇਰੀਆਂ ਆਉਂਦੀਆਂ ਤਾਂ ਫਿਰ ਉੱਡਣ ਦਾ ਵੀ ਜ਼ਿਆਦਾ ਖਦਸ਼ਾ ਹੁੰਦਾ ਵਾ ਕਿਉਂਕਿ ਉੱਡ ਜਾਂਦੀਆਂ ਨਾ ਕਾਫੀ ਜ਼ਿਆਦਾ ਕਿਉਂਕਿ ਬਹੁਤ ਹੁੰਦੀ ਆ ਇਸ ਵਜ੍ਹਾ ਤੋਂ ਇਹਨੂੰ ਫਿਰ ਰੱਖਦੇ ਆ। ਤੁਸੀਂ ਚੈੱਕ ਕਰ ਸਕਦੇ ਆ ਅੰਦਰ ਕਿੱਡਾ ਸਕੂਨ ਮਾਹੌਲ ਅਤੇ ਮਿੱਠੇ ਚੌਲ ਆ। ਆਹ ਹਾ ਹਾ ਇੱਥੇ ਤੁਸੀਂ ਬਹਿ ਸਕਦੇ ਆ ਅਤੇ ਸਾਨੂੰ ਚੈੱਕ ਕਰੋ ਕਰਕੇ ਤਾਂ ਆਪ ਅੰਦਰ ਸਾਹ ਤੂੜੀ ਦੇ ਕਬੋਚੇ ਜਿਹੇ 'ਚ ਬਹਿ ਗਈ ਲੈ ਤੁਸੀਂ ਚੈੱਕ ਕਰੋ ਦਿਸ ਇਜ਼ ਅ ਤੂੜੀ। ਇਹ ਇੱਦਾਂ ਦੀ ਹੁੰਦੀ ਆ ਅਗਰ ਇਹ ਉੜੇ ਨਾ ਤੇ ਇਨਸਾਨ ਦੇ ਗਲ 'ਚ ਫਸ ਜਾਂਦੀ ਫਿਰ ਬੜਾ ਖਾਂਸੀ ਵਾਲਾ ਸੀਨ ਹੁੰਦਾ। ਨਹੀਂ ਅਗਰ ਤੁਸੀਂ ਭੁੰਨ ਕੇ ਖਾਓ ਤੇ ਆ ਬੜੀ ਮਜ਼ੇਦਾਰ ਹੁੰਦੀ। ਬਾਕੀ ਆ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਦਾ ਇਹਨੂੰ ਇੱਕ ਛੱਤ ਜੀ ਦੇ ਅੰਦਰ ਇਹਨੂੰ ਕਵਰ ਕੀਤਾ ਹੋਇਆ ਵਾ ਇੱਧਰ ਕਰ ਲੂੰ। ਉਸ ਤੋਂ ਆ ਕਿਹੜੀ ਸ਼ੈ ਵਾ ਅਗਰ ਤੁਹਾਨੂੰ ਪਤਾ ਹੋਵੇ ਮੈਨੂੰ ਕਮੈਂਟ 'ਚ ਲਾ ਦਿਓ ਦੇਖਣਾ ਦੱਸਣਾ ਤੇ ਵੇਖੋ ਕਿੱਡੀ ਪਿਆਰੀ ਸ਼ੈ ਵਾ ਮਾਸ਼ਾ ਅੱਲਾ। ਇਹਦਾ ਦਰਖਤ ਵੀ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਸਾਡੇ ਪਿੱਛੇ ਦਰਖਤ ਲੱਗਾ ਹੈ। ਦਰਖਤ ਲੱਗਾ ਹੈ ਤੁਹਾਨੂੰ ਪਹਿਲਾਂ ਇੱਕ ਦਿਨ ਵਿਖਾਇਆ ਸੀਗਾ ਨਾ ਰਿੰਡਾ ਕਹਿੰਦੇ ਆ ਇਹ ਇਹਨੇ ਪਿੱਛੇ ਪਰਿੰਡਾ ਗਿਆ ਤੀਏ ਅਤੇ ਆਹ ਵੇਖੋ ਤੁਸੀਂ ਬਹੁਤ ਹੀ ਪਿਆਰੀ ਸ਼ੈ ਆਹ ਵੀ ਆ। ਉਦਨ ਤੁਹਾਨੂੰ ਇਹਦਾ ਵੀ ਕਲੋਜ਼ ਅਪ ਲੈ ਕੇ ਦਿਖਾਇਆ ਸੀ ਵੈਸੇ ਅਤੇ ਅੱਛਾ
ਯਾਰ ਦੋਸਤੋ ਆਹ ਵੇਖੋ ਕਿਹੜੀ ਸ਼ਹਿਰ ਕਿਸੇ ਨੂੰ ਪਤਾ ਕਮੈਂਟ 'ਚ ਲਾਜ਼ਮ ਦੱਸੋ, ਲੇਕਿਨ ਮੈਂ ਵੀ ਤੁਹਾਨੂੰ ਦੱਸ ਦਿੰਦਾ ਵੈਸੇ ਕਹਿੰਦੇ ਬੰਦ ਨਹੀਂ ਕਹਿੰਦੇ ਤੁਹਾਡੀ ਜ਼ਬਾਨ 'ਚ ਕੀ ਕਹਿੰਦੇ ਤੁਹਾਨੂੰ ਅਗਰ ਪਤਾ ਹੋਵੇ ਮੈਨੂੰ ਕਮੈਂਟ 'ਚ ਲਾਜ਼ਮ ਦੱਸਣਾ, ਅਗਰ ਬੰਦੇ ਕਿਸੇ ਸਿਰ 'ਤੇ ਮਾਰਨ ਆਹ ਹੁਣ ਵੇਖੀਓ ਅਤੇ ਆਹ ਜੁੜ ਗਈ ਅਤੇ ਇਸ ਨੂੰ ਇਸ ਤਰ੍ਹਾਂ ਕਰਕੇ ਉਤਾਰ ਲਈ ਦੀਆਂ, ਮਤਲਬ ਅਗਰ ਇਹ ਆਹ ਵਾਲੀ ਸ਼ਹਿ ਜੀ ਨੋਕਦਾਰ ਸ਼ਹਿ ਨਾ ਅਗਰ ਲੱਗ ਜਾਵੇ ਨਾ ਮਤਲਬ ਸਿੱਧੀ ਇਸ ਤਰ੍ਹਾਂ ਕਰਕੇ ਜ਼ਖਮ ਹੋ ਜਾਂਦੇ ਬੰਦੇ ਦੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਆਹ ਹੈ ਇਸ ਤਰ੍ਹਾਂ ਕਰਕੇ ਮੇਰੇ ਫੈਨ ਦੋਸਤੋ ਯਾਰ ਅੱਜ ਅਸੀਂ ਚੱਲੇ ਹਾਂ ਬੜੀ ਦੂਰੋਂ ਅਤੇ ਕੋਈ ਸ਼ਹਿਰ ਤਾਂ ਮਿਲੀ ਕੋਈ ਨਹੀਂ ਹੈ ਅਤੇ ਯਾਰ ਥੱਕ ਚੁੱਕੇ ਹਾਂ ਕਿਉਂਕਿ ਰੋਜ਼ੇ ਦੀ ਹਾਲਤ ਆ ਅਤੇ ਨਮਾਜ਼ ਵੀ ਪੜ੍ਹਨੀ ਆ ਗਏ ਅਤੇ ਮੌਸਮ ਤੁਹਾਡੇ ਸਾਹਮਣੇ ਆ, ਧੁੱਪ ਬਹੁਤ ਜ਼ਿਆਦਾ ਨਿਕਲੀ ਹੋਈ ਆ, ਉਹ ਮੈਨੂੰ ਕਿਉਂ ਹੋ ਗਿਆ ਜੀ ਉਹ ਦੇਖ 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 ਮਾਮਾ ਰੋਜ਼ਾ ਤਾਂ ਪੈਦਲ ਆ ਰਿਹਾ ਸੀ, ਅੱਗੇ ਕਹਿ ਰਿਹਾ ਸੀ ਮੇਰੀ ਤਬੀਅਤ ਨਹੀਂ ਠੀਕ ਹੈਗੀ, ਪਾਣੀ ਲੈ ਕੇ ਪਾਣੀ ਲੈ ਕੇ ਉਹ ਹੱਥ 'ਤੇ ਮੱਲ ਮਾਮਾ ਉਹਦਾ ਪਾਣੀ ਉਹਨੂੰ ਕੀ ਬੁਲਾਉਣਾ ਉਹਦਾ ਰੋਜ਼ਾ ਸੋ ਅਤੇ ਯਾਰ ਇਹਨੂੰ ਬੜਾ ਮੁਸ਼ਕਿਲ ਨਾਲ ਖਾਇਆ ਰੋਜ਼ਾ ਇਹਨੂੰ ਲੱਗਾ ਹੋਇਆ ਸੀਗਾ, ਚਲੋ ਠੀਕ ਹੈ ਦੋਸਤੋ ਯਾਰ ਅਤੇ ਯਾਰ ਬਿਲਕੁਲ ਹੀ ਨਿਧਾਲ ਹੋਏ ਸੀ ਆਮ ਤੋਂ ਇਹ ਧੁੱਪ ਜੀ ਕਾਫੀ ਤੇਜ਼ ਆ, ਅਸੀਂ ਨਿਕਲੇ ਕਾਫੀ ਦੂਰ ਆਏ ਵੀਡੀਓ ਸਿਰਫ ਬਣਾਉਣ ਵਾਸਤੇ, ਬਾਕੀ ਜਾ ਕੇ ਸੁਲਾਨੇ ਆ ਫਿਰ ਇਹਨੂੰ, ਬਾਕੀ ਬਸ ਹੁਣ ਜਾ ਰਹੇ ਆ ਫਿਲਹਾਲ, ਠੀਕ ਹੈ ਦੋਸਤੋ ਫਿਰ ਕੱਲ ਦੀ ਮੀਟਿੰਗ, ਕੱਲ ਇੱਕ ਨਵੇਂ ਵਲੌਗ ਨਾਲ ਮਿਲਾਂਗੇ ਆਪਾਂ, ਕੱਲ ਉਮੀਦ ਕਰਦਾ ਕੋਈ ਅੱਛੀ ਵੀਡੀਓ ਅਸੀਂ ਲੈ ਕੇ ਆਵਾਂਗੇ ਅਤੇ ਠੀਕ ਹੈ ਦੋਸਤੋ ਫਿਰ ਸਾਨੂੰ ਤਾਂ ਬਹੁਤ ਇਜਾਜ਼ਤ ਦੇਣਾ ਅਤੇ ਅੱਲਾਹ ਹਾਫਿਜ਼ ਆਪਣਾ ਖਿਆਲ ਰੱਖਣਾ।